ਮਨਪ੍ਰੀਤ ਸਿੰਘ। ਕੀ ਗੱਲਬਾਤ ਹੋਈ ਅੱਜ? ਗੱਲਬਾਤ ਕੁਛ ਨਹੀਂ, 3 ਵਜੇ ਦੇ ਕਰੀਬ ਇੱਥੇ ਕੋਈ ਮੁੰਡਾ ਆਇਆ ਸੀ ਅਤੇ ਉਹ ਇੱਦਾਂ ਹੀ ਸਾਨੂੰ ਹਾਵਰਾ ਦਬੜੀ ਜੀ, ਕਦੇ ਹੈੱਡਫੋਨ ਵਿਖਾ ਦਿਓ, ਕਦੇ ਘੜੀ ਵਿਖਾ ਦਿਓ, ਵਹਿੰਦਾ ਵਹਿੰਦਾ ਅਤੇ ਅੱਧਾ ਘੰਟਾ ਉਹਨੇ ਸਾਨੂੰ ਇੱਦਾਂ ਮਤਲਬ ਤੰਗ ਕਰੀ ਛੱਡਿਆ। ਅਤੇ ਜਦੋਂ ਥੋੜ੍ਹਾ ਕਾਫੀ ਟਾਈਮ ਬਾਅਦ ਮਤਲਬ ਇੱਦਾਂ ਹੀ ਕਦੇ ਕਿਸੇ ਨੂੰ ਫੋਨ ਲਾ ਲੈਂਦਾ ਸੀ, ਮੈਂ ਆ ਗਿਆ ਆ ਗਿਆ। ਅਤੇ ਜਦੋਂ ਅਸੀਂ ਕਿਹਾ ਵੀ ਭਾਅ ਜੀ ਲੈਣਾ ਵੀ ਆ, ਕਿਉਂਕਿ ਨਹੀਂ ਪੈਸੇ ਪੂਏ ਲਿਆਉਂਦੇ ਵੀ ਆ, ਕਹਿੰਦਾ ਵੀ ਮੇਰੇ ਕੋਲ 3300 ਰੁਪਈਆ ਵਾ, ਉਹਦੇ ਵਿੱਚ ਮੈਨੂੰ ਦੋਵੇਂ ਚੀਜ਼ਾਂ ਦਿਓ। ਇੰਨੇ ਚਿਰ ਨੂੰ ਜਿਹੜੇ ਮਾਲਕ ਆ ਉਹਨਾਂ ਨੇ ਕਿਹਾ ਵੀ ਦੇ ਦਿਓ 3300, ਜੋ ਮੰਗਦਾ ਦੇ ਦਿਓ ਇਹਨੂੰ। ਅਤੇ ਬਸ ਇੰਨੀ ਕੁ ਗੱਲ ਹੋਈ। ਉਸ ਤੋਂ ਬਾਅਦ ਮੈਨੂੰ ਆਉਂਦਾ ਵੀ ਮੇਰੇ ਨਾ ਦਾਦੂ ਆਉਂਦੇ ਆ ਅਤੇ ਉਹ ਦੇਣਗੇ ਵੀ ਆਣ ਕੇ ਪੈਸੇ, ਅਤੇ ਉਹਨੂੰ ਥੋੜ੍ਹੀ ਜਿਹੀ ਵੇਟ ਕਰੋ। ਉਹ ਖਲੋਤਾ ਰਿਹਾ 5-10 ਮਿੰਟ, ਫਿਰ ਖਲੋਤਾ ਰਿਹਾ। ਇੰਨੇ ਨੂੰ ਜਿਹੜਾ ਉਹ ਪ੍ਰੀਤ ਓਨਰ ਉਹ ਬਾਹਰ ਨੂੰ ਗਿਆ ਅਤੇ ਬਸ ਉਹਦੇ ਮਗਰੇ ਹੀ ਉਹਨਾਂ ਨੇ ਗੋਲੀਆਂ ਚਲਾਤੀਆਂ। ਇਕੱਲਾ ਸੀ ਉਹ ਇਕੱਲਾ ਹੀ ਆਇਆ। ਹਾਂਜੀ, ਕਿੰਨੇ ਜਣਿਆਂ ਨੇ ਗੋਲੀਆਂ ਲੱਗੀਆਂ? ਗੋਲੀਆਂ 2 ਬੰਦਿਆਂ ਦੇ ਲੱਗੀਆਂ ਵਾ, ਜਿਹੜਾ ਓਨਰ ਆ ਉਹਦੇ 3 ਲੱਗੀਆਂ ਵਾ, ਇੱਕ ਸਾਹਮਣੀ ਦੁਕਾਨ ਆਰ ਐਸ ਟੈਲੀਕਾਮ ਉਹਦੇ ਲੱਗੀ ਹੋਈ ਆ ਲੱਤ ਤੇ। ਉਹਨਾਂ ਦਾ ਸਤਨਾਮ ਸਿੰਘ, ਓਨਰ ਦਾ ਹੈਗਾ ਗੁਰਜਿੰਦਰ ਸਿੰਘ। ਹਾਂਜੀ, ਉਹਨਾਂ ਨੂੰ ਆਈ ਸੀ ਫਰੌਤੀ ਦੀ, ਕਹਿੰਦੇ ਵੀ 10 ਲੱਖ ਲੈਣਾ ਵਾ, 10 ਲੱਖ ਦੀ ਉਹਨਾਂ ਨੂੰ ਧਮਕੀ ਆਉਂਦੀ ਸੀ। ਤੇ ਉਹ ਬਾਅਦ 2-4 ਦਿਨ ਆਉਂਦੀ ਰਹੀ, ਬਾਅਦ ਚ ਉਹਨਾਂ ਨੇ ਵਟਸਐਪ ਡਿਲੀਟ ਕਰਤਾ ਆਪਣਾ। ਤੇ ਥਾਣੇ ਵੀ ਪਤਾ ਨਹੀਂ, ਇਹਨਾਂ ਦੀ ਪਤਾ ਨਹੀਂ, ਇਹਨਾਂ ਕਹਿੰਦਾ ਸੀ ਵੀ ਮੈਂ ਸੱਤਾ ਬੋਲਦਾ ਤੇ ਮੇਰੇ ਇਹ ਜਾਦੇ ਨਾਲ ਮੇਰੀ ਗੱਲ ਹੋ ਗਈ ਆ, ਤਾਂ ਅਸੀਂ ਦੋਵੇਂ ਤੈਨੂੰ ਫੋਨ ਲਾਵਾਂਗੇ। ਬਾਕੀ ਪਤਾ ਨਹੀਂ, ਬਾਕੀ ਅੱਧੀ ਗੱਲ ਤੇ ਭਾਈ ਦੱਸੀ ਨਹੀਂ ਹਾਨੂੰ ਕਦੀ। ਗਨਸ਼ਾਟ ਮਾਮਲਾ ਹੋਇਆ, ਫਰੋਤੀ ਕਾਲਸ ਕੀ ਮਾਮਲਾ ਸਰ? ਵਿੱਚ ਜੀ 1 ਹਫ਼ਤਾ ਪਹਿਲੇ ਇਹਨਾਂ ਨੂੰ ਕਰੀਬ ਪਿਛਲੇ 4-5 6 ਦਿਨ ਪਹਿਲੇ ਕੋਈ ਕਾਲ ਆਈ ਸੀਗੀ, ਔਰ ਕੋਈ ਲੋਕਲ ਜਿਵੇਂ ਆਵਾਜ਼ ਸੀਗੀ ਕੋਈ ਫਰੋਤੀ ਦੀ, ਇਹਨਾਂ ਨੂੰ ਕੰਪਲੇਂਟ ਦਿੱਤੀ ਸੀ। ਇਹਨਾਂ ਨੂੰ ਕਿਹਾ ਗਿਆ ਸੀ ਵੀ ਗੰਨਾ ਵਗੈਰਾ, ਇਹ ਕਹਿੰਦੇ ਸੀ ਵੀ ਸਾਡਾ ਫਿਰ ਓਪਨ ਹੋ ਜਾਣਾ, ਅਤੇ ਨਾ ਹੀ ਇਹਨਾਂ ਨੇ ਪਰਚਾ ਦਰਜ ਕਰਾਇਆ ਸੀ, ਨਾ ਹੀ ਅਸੀਂ ਵੈਸੇ ਸਾਡਾ ਫਿਰ ਉਜਾਗਰ ਹੋ ਗਿਆ, ਅਤੇ ਇਸ ਕਰਕੇ ਅਜੇ ਰਹਿਣ ਦਿਓ ਥੋੜ੍ਹੇ ਦਿਨ, ਕਿਉਂਕਿ ਅਸੀਂ ਟਰਾਈ ਕਰਦੇ ਹਾਂ। ਅੱਜ ਇਹਨਾਂ ਦੇ ਦੁਕਾਨ 'ਤੇ ਕੋਈ ਕਸਟਮਰ ਬਣ ਕੇ ਆਇਆ ਸੀ ਮੁੰਡਾ, ਉਹ 1.5 ਘੰਟਾ ਇੱਥੇ ਇਹਨਾਂ ਨਾਲ ਸਮਾਨ ਸਮੂਨ ਦੇਖਦਾ ਰਿਹਾ, 3:30-4 ਜਦੋਂ ਜਿਹੜੇ ਓਨਰ ਹੈ ਉਹ ਦੁਕਾਨ ਤੋਂ ਬਾਹਰ ਨਿਕਲੇ ਆ ਬਾਜ਼ਾਰ ਦੇ ਵਿੱਚ, ਉਹਨੇ ਗੋਲੀਆਂ ਉਹਨਾਂ ਦੇ ਲੱਤਾਂ ਲੱਤ 'ਚ ਸ਼ਾਇਦ ਇੰਜਰੀ ਹੋਈ, ਔਰ ਇੱਕ ਸਾਹਮਣੇ ਦੁਕਾਨ ਵਾਲੇ ਸੀ ਉਹਨਾਂ ਦੇ ਗਨਸ਼ਾਟ ਦੀ ਲੱਤ 'ਚ ਇੰਜਰੀ ਹੋਈ। ਉਸ ਤੋਂ ਬਾਅਦ ਦੋ ਜਣੇ ਕਹਿੰਦੇ ਮੋਟਰਸਾਈਕਲ 'ਤੇ ਨਿਕਲ ਗਏ, ਵੈਸੇ ਕੱਲ ਇੱਥੇ ਇਕੱਲਾ ਆਇਆ ਸੀ ਪਰ ਅੱਗੇ ਸ਼ਾਇਦ ਕਿਤੇ ਮੋਟਰਸਾਈਕਲ ਖੜ੍ਹਾ ਸੀ, ਜੇ ਬਾਕੀ ਜਾ ਰਹੇ ਤਾਂ ਪਤਾ ਲੱਗਿਆ। ਔਰ ਅਸੀਂ ਜਲਦੀ ਪਹਿਲੇ ਵੀ ਜਿਵੇਂ ਉੱਥੇ ਭਿੱਖੀ ਪਿੰਡ ਸੀਗਾ, ਇੱਕ ਡਾਕਟਰ ਸਾਹਿਬ ਨੂੰ ਆਈ ਸੀ, ਉਹ ਵੀ ਬੰਦੇ ਅੰਦਰੋਂ ਜੇਲ੍ਹ 'ਚ ਓਪਰੇਟ ਕਰ ਰਹੇ ਸੀ, ਉਹ ਖੜ੍ਹੇ ਸੀਗੇ ਪਿਛਲੇ ਹਫ਼ਤੇ ਹੀ, ਅਤੇ ਇਹ ਵੀ ਅਸੀਂ ਜਲਦੀ ਟਰੇਸ ਕਰ ਲਾਂਗੇ ਜੀ ਕੇਸ ਨੂੰ। ਮਤਲਬ ਇਹਨਾਂ ਨੇ ਓਪਨ ਕਰਨ ਨੂੰ ਨਹੀਂ ਕਿਹਾ ਸੀ, ਓਪਨ ਹੋ ਜਾਏਗਾ ਕੇਸ? ਹਾਂ, ਇਹਨਾਂ ਨੂੰ ਇਹ ਖਦਸ਼ਾ ਸੀ ਵੀ ਗਨਮੈਨ ਦੇ ਦਿਓਗੇ ਜੀ ਅਸੀਂ ਓਪਨ ਹੋ ਜਾਵਾਂਗੇ, ਪੁਲਿਸ ਨੂੰ ਰਿਪੋਰਟ ਕਰਤੀ ਵੀ ਇਸ ਕਰਕੇ ਅਸੀਂ ਜਿਹੜਾ ਹਜੇ ਕੋਈ ਉਹ ਨਹੀਂ ਕਾਰਵਾਈ ਕਰਾਉਣਾ। ਪਤਾ ਨਹੀਂ ਜੀ, ਹੁਣ ਇਹ ਤਾਂ ਚਲੋ ਇਹਨਾਂ ਨਾਲ ਗੱਲ ਕਰਦੇ ਨੇ, ਗੁਜ਼ਾਰਾ ਲੈਣਾ, ਜੋ ਕੋਈ ਇਹਨਾਂ ਤੋਂ ਹੋਏਗਾ ਅਸੀਂ ਦੇਖ ਲਵਾਂਗੇ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।